ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਪੰਚਕੂਲਾ ਦੇ ਸੈਕਟਰ 15 ਵਿੱਚ 70 ਸਾਲ ਦੀ ਇੱਕ ਬਜ਼ੁਰਗ ਨੇ ਬਹਾਦਰੀ ਦੀ ਜਿਹੜੀ ਮਿਸਾਲ ਨੂੰ ਕਾਇਮ ਰੱਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ, ਇਹ ਮਹਿਲਾ ਚੰਪਾ ਰਾਣੀ ਨਾਮ ਦੀ ਮਹਿਲਾ ਹੈ, 70 ਸਾਲ ਦੀ ਉਮਰ ਹੈ, ਸੈਕਟਰ 7 ਪੰਚਕੂਲਾ ਦੀ ਰਹਿਣ ਵਾਲੀ ਹੈ। ਆਟੋ 'ਤੇ ਸਵਾਰ ਹੋ ਕੇ ਇਹ ਮਹਿਲਾ ਸੈਕਟਰ 15 ਦੀ ਮਾਰਕੀਟ 'ਚ ਉਤਰੀ ਸੀ ਅਤੇ ਉਸ ਤੋਂ ਬਾਅਦ ਪੈਦਲ ਸੈਕਟਰ 15 ਪੰਚਕੂਲਾ ਆਪਣੇ ਭੈਣ ਦੇ ਘਰ ਮਾਇਆ ਦੇ ਘਰ ਜਾ ਰਹੀ ਸੀ ਅਤੇ ਜਿੱਦਾਂ ਹੀ ਇਸ ਮਕਾਨ ਨੰਬਰ 27 ਦੇ ਕੋਲ ਪਹੁੰਚੀ ਅਤੇ ਅਚਾਨਕ ਬਾਈਕ ਸਵਾਰ ਦੋ ਸ਼ਖਸ ਉੱਥੇ ਆ ਜਾਂਦੇ ਹੈ। ਪਹਿਲਾਂ ਮਹਿਲਾ ਦੀ ਰੇਕੀ ਕਰਦੇ ਹੈ ਅਤੇ ਉਸ ਤੋਂ ਬਾਅਦ ਬਾਈਕ 'ਚੋਂ ਇੱਕ ਸ਼ਖਸ ਉਤਰਦਾ ਹੈ, ਜਿਹੜਾ ਕਿ ਮਹਿਲਾ ਦੀ ਇੱਕ ਕੰਨ ਦੀ ਵਾਲੀ ਖੋਹ ਲੈਂਦਾ ਹੈ ਅਤੇ ਜਿੱਦਾਂ ਹੀ ਇਹ ਦੂਸਰੀ ਵਾਲੀ ਮਹਿਲਾ ਦੀ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ 70 ਸਾਲ ਦੀ ਬਜ਼ੁਰਗ ਮਹਿਲਾ ਨੇ ਉਹਦੇ ਥੱਪੜ ਮਾਰ ਦਿੱਤਾ, ਜਿਸ ਕਾਰਨ ਉਹ ਦੋਨੋਂ ਬਾਈਕ ਤੋਂ ਉੱਥੋਂ ਦੀ ਉਹਨਾਂ ਦੀ ਇੱਕ ਵਾਲੀ ਲੈ ਕੇ ਫਰਾਰ ਹੋ ਜਾਂਦੇ ਹੈ। ਤੁਹਾਨੂੰ ਦੱਸ ਦਈਏ, ਮੌਕੇ 'ਤੇ 15 ਚੌਕੀ ਦੀ ਪੁਲਿਸ ਅਤੇ ਸੈਕਟਰ 14 ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ ਅਤੇ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਦੀ ਫੁਟੇਜ ਵੀ ਖੰਗਾਲ ਲਈ ਹੈ, ਜਿਸਦੇ ਵਿੱਚ ਸਾਫ਼ ਤੌਰ 'ਤੇ ਇਹ ਜਿਹੜੀ ਵਾਰਦਾਤ ਹੈ ਕੈਦ ਹੋ ਗਈ ਹੈ ਅਤੇ ਮਹਿਲਾ ਥੱਪੜ ਮਾਰਦੀ ਵੀ ਨਜ਼ਰ ਆਈ ਹੈ। ਪੰਚਕੂਲਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਪੰਚਕੂਲਾ ਦੇ ਸੈਕਟਰ 15 ਵਿੱਚ 70 ਸਾਲ ਦੀ ਇੱਕ ਬਜ਼ੁਰਗ ਨੇ ਬਹਾਦਰੀ ਦੀ ਜਿਹੜੀ ਮਿਸਾਲ ਨੂੰ ਕਾਇਮ ਰੱਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ, ਇਹ ਮਹਿਲਾ ਚੰਪਾ ਰਾਣੀ ਨਾਮ ਦੀ ਮਹਿਲਾ ਹੈ, 70 ਸਾਲ ਦੀ ਉਮਰ ਹੈ, ਸੈਕਟਰ 7 ਪੰਚਕੂਲਾ ਦੀ ਰਹਿਣ ਵਾਲੀ ਹੈ। ਆਟੋ 'ਤੇ ਸਵਾਰ ਹੋ ਕੇ ਇਹ ਮਹਿਲਾ ਸੈਕਟਰ 15 ਦੀ ਮਾਰਕੀਟ 'ਚ ਉਤਰੀ ਸੀ ਅਤੇ ਉਸ ਤੋਂ ਬਾਅਦ ਪੈਦਲ ਸੈਕਟਰ 15 ਪੰਚਕੂਲਾ ਆਪਣੇ ਭੈਣ ਦੇ ਘਰ ਮਾਇਆ ਦੇ ਘਰ ਜਾ ਰਹੀ ਸੀ ਅਤੇ ਜਿੱਦਾਂ ਹੀ ਇਸ ਮਕਾਨ ਨੰਬਰ 27 ਦੇ ਕੋਲ ਪਹੁੰਚੀ ਅਤੇ ਅਚਾਨਕ ਬਾਈਕ ਸਵਾਰ ਦੋ ਸ਼ਖਸ ਉੱਥੇ ਆ ਜਾਂਦੇ ਹੈ। ਪਹਿਲਾਂ ਮਹਿਲਾ ਦੀ ਰੇਕੀ ਕਰਦੇ ਹੈ ਅਤੇ ਉਸ ਤੋਂ ਬਾਅਦ ਬਾਈਕ 'ਚੋਂ ਇੱਕ ਸ਼ਖਸ ਉਤਰਦਾ ਹੈ, ਜਿਹੜਾ ਕਿ ਮਹਿਲਾ ਦੀ ਇੱਕ ਕੰਨ ਦੀ ਵਾਲੀ ਖੋਹ ਲੈਂਦਾ ਹੈ ਅਤੇ ਜਿੱਦਾਂ ਹੀ ਇਹ ਦੂਸਰੀ ਵਾਲੀ ਮਹਿਲਾ ਦੀ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ 70 ਸਾਲ ਦੀ ਬਜ਼ੁਰਗ ਮਹਿਲਾ ਨੇ ਉਹਦੇ ਥੱਪੜ ਮਾਰ ਦਿੱਤਾ, ਜਿਸ ਕਾਰਨ ਉਹ ਦੋਨੋਂ ਬਾਈਕ ਤੋਂ ਉੱਥੋਂ ਦੀ ਉਹਨਾਂ ਦੀ ਇੱਕ ਵਾਲੀ ਲੈ ਕੇ ਫਰਾਰ ਹੋ ਜਾਂਦੇ ਹੈ। ਤੁਹਾਨੂੰ ਦੱਸ ਦਈਏ, ਮੌਕੇ 'ਤੇ 15 ਚੌਕੀ ਦੀ ਪੁਲਿਸ ਅਤੇ ਸੈਕਟਰ 14 ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ ਅਤੇ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਦੀ ਫੁਟੇਜ ਵੀ ਖੰਗਾਲ ਲਈ ਹੈ, ਜਿਸਦੇ ਵਿੱਚ ਸਾਫ਼ ਤੌਰ 'ਤੇ ਇਹ ਜਿਹੜੀ ਵਾਰਦਾਤ ਹੈ ਕੈਦ ਹੋ ਗਈ ਹੈ ਅਤੇ ਮਹਿਲਾ ਥੱਪੜ ਮਾਰਦੀ ਵੀ ਨਜ਼ਰ ਆਈ ਹੈ। ਪੰਚਕੂਲਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਪੰਚਕੂਲਾ ਦੇ ਸੈਕਟਰ 15 ਵਿੱਚ 70 ਸਾਲ ਦੀ ਇੱਕ ਬਜ਼ੁਰਗ ਨੇ ਬਹਾਦਰੀ ਦੀ ਜਿਹੜੀ ਮਿਸਾਲ ਨੂੰ ਕਾਇਮ ਰੱਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ, ਇਹ ਮਹਿਲਾ ਚੰਪਾ ਰਾਣੀ ਨਾਮ ਦੀ ਮਹਿਲਾ ਹੈ, 70 ਸਾਲ ਦੀ ਉਮਰ ਹੈ, ਸੈਕਟਰ 7 ਪੰਚਕੂਲਾ ਦੀ ਰਹਿਣ ਵਾਲੀ ਹੈ। ਆਟੋ 'ਤੇ ਸਵਾਰ ਹੋ ਕੇ ਇਹ ਮਹਿਲਾ ਸੈਕਟਰ 15 ਦੀ ਮਾਰਕੀਟ 'ਚ ਉਤਰੀ ਸੀ ਅਤੇ ਉਸ ਤੋਂ ਬਾਅਦ ਪੈਦਲ ਸੈਕਟਰ 15 ਪੰਚਕੂਲਾ ਆਪਣੇ ਭੈਣ ਦੇ ਘਰ ਮਾਇਆ ਦੇ ਘਰ ਜਾ ਰਹੀ ਸੀ ਅਤੇ ਜਿੱਦਾਂ ਹੀ ਇਸ ਮਕਾਨ ਨੰਬਰ 27 ਦੇ ਕੋਲ ਪਹੁੰਚੀ ਅਤੇ ਅਚਾਨਕ ਬਾਈਕ ਸਵਾਰ ਦੋ ਸ਼ਖਸ ਉੱਥੇ ਆ ਜਾਂਦੇ ਹੈ। ਪਹਿਲਾਂ ਮਹਿਲਾ ਦੀ ਰੇਕੀ ਕਰਦੇ ਹੈ ਅਤੇ ਉਸ ਤੋਂ ਬਾਅਦ ਬਾਈਕ 'ਚੋਂ ਇੱਕ ਸ਼ਖਸ ਉਤਰਦਾ ਹੈ, ਜਿਹੜਾ ਕਿ ਮਹਿਲਾ ਦੀ ਇੱਕ ਕੰਨ ਦੀ ਵਾਲੀ ਖੋਹ ਲੈਂਦਾ ਹੈ ਅਤੇ ਜਿੱਦਾਂ ਹੀ ਇਹ ਦੂਸਰੀ ਵਾਲੀ ਮਹਿਲਾ ਦੀ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ 70 ਸਾਲ ਦੀ ਬਜ਼ੁਰਗ ਮਹਿਲਾ ਨੇ ਉਹਦੇ ਥੱਪੜ ਮਾਰ ਦਿੱਤਾ, ਜਿਸ ਕਾਰਨ ਉਹ ਦੋਨੋਂ ਬਾਈਕ ਤੋਂ ਉੱਥੋਂ ਦੀ ਉਹਨਾਂ ਦੀ ਇੱਕ ਵਾਲੀ ਲੈ ਕੇ ਫਰਾਰ ਹੋ ਜਾਂਦੇ ਹੈ। ਤੁਹਾਨੂੰ ਦੱਸ ਦਈਏ, ਮੌਕੇ 'ਤੇ 15 ਚੌਕੀ ਦੀ ਪੁਲਿਸ ਅਤੇ ਸੈਕਟਰ 14 ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ ਅਤੇ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਪੁਲਿਸ ਨੇ ਆਸ ਪਾਸ ਲੱਗੇ CCTV ਕੈਮਰੇ ਦੀ ਫੁਟੇਜ ਵੀ ਖੰਗਾਲ ਲਈ ਹੈ, ਜਿਸਦੇ ਵਿੱਚ ਸਾਫ਼ ਤੌਰ 'ਤੇ ਇਹ ਜਿਹੜੀ ਵਾਰਦਾਤ ਹੈ ਕੈਦ ਹੋ ਗਈ ਹੈ ਅਤੇ ਮਹਿਲਾ ਥੱਪੜ ਮਾਰਦੀ ਵੀ ਨਜ਼ਰ ਆਈ ਹੈ। ਪੰਚਕੂਲਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।